ਇਸ ਨਵੇਂ ਮੁਲਕ ਵਿੱਚ ਆਉਣਾ ਇਨਸਾਨ ਤੇ ਕਈ ਵਾਰੀ ਥੋੜਾ ਬਹੁਤ ਭਾਰੂ ਹੋ ਸਕਦਾ ਹੈ ਇਹਨਾਂ ਕੁਝ ਵੱਖਰੇ ਤਰੀਕਿਆਂ ਨਾਲ ਕੀਤਾ ਜਾਂਦਾ ਹੈ ਕਿ ਕਈ ਵਾਰੀ ਸਾਨੂੰ ਇਹ ਸਿੱਖਣ ਵਿੱਚ ਮੁਸ਼ਕਲ ਆਉਣ ਲੱਗ ਪੈਂਦੀ ਹੈ ਕਿ ਇੱਥੇ ਕੰਮ ਕਾਜ ਹੁੰਦੇ ਕਿਵੇਂ ਹਨ ਪਰ ਚੰਗੀ ਕਿਸਮਤ ਨੂੰ ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਬਹੁਤ ਸਾਰੀਆਂ ਸਰਕਾਰੀ ਅਤੇ ਕਮਿਊਨਿਟੀ ਸੇਵਾਵਾਂ ਮੌਜੂਦ ਹਨ ਜੋ ਬਿਲਕੁਲ ਮੁਫਤ ਹਨ ਇਹ ਵੀਡੀਓ ਸਭ ਤੋਂ ਹਰਮਨ ਪਿਆਰੀਆਂ ਮੁਫਤ ਸੇਵਾਵਾਂ ਵਿੱਚੋਂ ਇੱਕ ਤੁਹਾਡੀ ਪਬਲਿਕ ਲਾਇਬ੍ਰੇਰੀ ਬਾਰੇ ਹੈ ਪਹਿਲੇ ਕੁਝ ਹਫ਼ਤੇ ਕਈ ਨਵੇਂ ਆਉਣ ਵਾਲੇ ਜਾਣਕਾਰੀ ਵੀਡੀਓ ਸੀਰੀਜ਼ ਹਾਸਲ ਕਰਨ ਲਈ ਕੰਪਿਊਟਰ ਦੀ ਵਰਤੋਂ ਕਰਨ ਲਈ ਅਤੇ ਆਪਣੇ ਬੱਚਿਆਂ ਲਈ ਕਿਤਾਬਾਂ ਲੈਣ ਲਾਇਬ੍ਰੇਰੀ ਵਿੱਚ ਆਉਂਦੇ ਹਨ ਮਾਪਿਆਂ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਬੱਚਿਆਂ ਨੂੰ ਸਕੂਲ ਵਿੱਚ ਕਾਮਯਾਬੀ ਹੋਣ ਵਿੱਚ ਮਦਦ ਦੇਣ ਲਈ ਵੀ ਲਾਇਬ੍ਰੇਰੀ ਬਹੁਤ ਸਾਰੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ ਅਤੇ ਸੱਚੀ ਗੱਲ ਤਾਂ ਇਹ ਹੈ ਕਿ ਲਾਇਬ੍ਰੇਰੀ ਬਾਰੇ ਸਭ ਤੋਂ ਵਧੀਆ ਗੱਲਾਂ ਵਿੱਚੋਂ ਇੱਕ ਇਹ ਹੈ ਕਿ ਕੋਈ ਵੀ ਲਾਇਬ੍ਰੇਰੀ ਦਾ ਮੁਫਤ ਮੈਂਬਰ ਬਣ ਸਕਦਾ ਹੈ ਤੁਸੀਂ बस ਇਹਨਾ ਕਰਨਾ ਹੈ ਕਿ ਲਾਇਬ੍ਰੇਰੀ ਆਗੇ ਕੋਈ ਸ਼ਨਾਖਤੀ ਕਾਰਡ ਵਿਖਾਓ ਤੇ ਆਪਣਾ ਲਾਇਬ੍ਰੇਰੀ ਕਾਰਡ ਬਣਵਾ ਕੇ ਲੈ ਜਾਓ ਉਹ ਇਹ ਰਜਿਸਟ੍ਰੇਸ਼ਨ ਹੈ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਲਾਇਬ੍ਰੇਰੀ ਵਿੱਚ ਤੁਹਾਡਾ ਸਵਾਗਤ ਹੈ ਸ਼ੁਕਰੀਆ ਅੱਜ ਮੈਂ ਤੁਹਾਡੇ ਲਈ ਕੀ ਮਦਦ ਕਰ ਸਕਦੀ ਹਾਂ ਮੈਂ ਮਿੱਠੀ ਇਹ ਮੇਰੀ ਬੇਟੀ ਪਰਵਾਈ ਅਸੀਂ ਲਾਇਬ੍ਰੇਰੀ ਕਾਰਡ ਬਣਾਉਣਾ ਚਾਹੁੰਦੇ ਹਾਂ ਜਰੂਰ ਸਾਨੂੰ ਕੋਈ ਸ਼ਨਾਖਤ ਚਾਹੀਦੀ ਹੈ ਜਿਸ ਤੇ ਤੁਹਾਡਾ ਨਾਮ ਔਰ ਪਤਾ ਹੋਵੇ। ਜ਼ਰੂਰ ਡਰਾਈਵਿੰਗ ਲਾਇਸੈਂਸ ਚਲੇਗਾ? ਲਾਇਬ੍ਰੇਰੀ ਕਾਰਡ ਬਣਵਾਉਣ ਲਈ ਤੁਹਾਨੂੰ ਇੱਕ ਸਰਕਾਰੀ ਸ਼ਨਾਖਤੀ ਕਾਰਡ ਚਾਹੀਦਾ ਹੈ ਜਿਵੇਂ ਤੁਹਾਡੇ ਇਮੀਗ੍ਰੇਸ਼ਨ ਦੇ ਕਾਗਜ਼ ਅਤੇ ਤੁਹਾਡੇ ਪਤੇ ਦਾ ਸਬੂਤ ਜਿਵੇਂ ਕੋਈ ਬੈਂਕ ਸਟੇਟਮੈਂਟ, ਘਰ ਕਿਰਾਏ ਤੇ ਲੈਣ ਦੇ ਕਾਗਜ਼, ਡਰਾਈਵਰ ਲਾਇਸੈਂਸ ਜਾਂ ਬਿਜਲੀ ਪਾਣੀ ਦਾ ਕੋਈ ਬਿੱਲ ਚਾਹੀਦਾ ਹੈ। ਤੁਹਾਡੇ ਖੜੀ-ਖੜੀ ਹੀ ਲਾਇਬ੍ਰੇਰੀ ਨੇ ਤੁਹਾਡਾ ਕਾਰਡ ਬਣਾ ਦੇਣਾ ਹੈ ਤਾਂ ਜੋ ਪਹਿਲੀ ਵਾਰ ਇੱਥੇ ਆਉਣ ਸਾਰ ਵੀ ਤੁਸੀਂ ਕੁਝ ਨਾਲ ਲਿਜਾ ਸਕੋ। ਆ ਰਿਹਾ ਤਾਂ ਢਾਕਾੜ ਇਸ ਤੇ ਦਸਤਕ ਕਰ ਲਓ। ਹੈਲੋ ਬੈਨ ਹੁਣ ਕੀ ਤੁਹਾਨੂੰ ਕਾਰਡ ਚਾਹੀਦਾ ਹੈ ਵਾਹ ਜੀ ਵਾ ਮੈਨੂੰ ਆਪਣੇ ਨਾਮ ਦੀ ਸਪੈਲਿੰਗ ਦੱਸੋ U R V A R oh that's a ਬੜਾ ਵਧੀਆ ਨਾਮ ਹੈ ਹੈਲੋ ਜੋਤਸੀ ਲੱਭ ਰਹੀ ਸੀ ਤੁਹਾਨੂੰ ਸਭ ਕੁਝ ਮਿਲ ਗਿਆ ਬਈ ਕਮਾਲ ਦਾ ਸੰਗ੍ਰਹਿ ਮੈਂ ਬੜੀ ਖੁਸ਼ ਹਾਂ ਕਿ ਮੈਂ ਤੁਹਾਡੇ ਲਈ ਚੈੱਕ ਆਊਟ ਕਰ ਸਕਦੀ ਹਾਂ ਮੈਨੂੰ ਬਸ ਤੁਹਾਡਾ ਕਾਰਡ ਚਾਹੀਦਾ ਹੈ ਅਤੇ ਇਹਨਾਂ ਨੂੰ ਮਿੱਥੀ ਹੋਈ ਤਾਰੀਖ ਤੱਕ ਵਾਪਸ ਕਰਨਾ ਨਾ ਭੁੱਲਣਾ ਇਹ ਜ਼ਰੂਰੀ ਹੈ ਮਿਥੀ ਹੋਈ ਤਾਰੀਖ ਉਹ ਤਾਰੀਖ ਹੈ ਜਿਸ ਦਿਨ ਤੁਹਾਨੂੰ ਕਿਤਾਬਾਂ ਮੋੜਨੀਆਂ ਹੀ ਪੈਣਗੀਆਂ ਇਹ ਚੈੱਕਆਊਟ ਵੇਲੇ ਤੁਹਾਨੂੰ ਮਿਲਣ ਵਾਲੇ ਪੇਪਰ ਤੇ ਛਾਪੀ ਹੁੰਦੀ ਹੈ ਜੇ ਤੁਸੀਂ ਮਿਥੀ ਤਾਰੀਖ ਤੱਕ ਕਿਤਾਬ ਮੋੜਨੀ ਭੁੱਲ ਜਾਵੋ ਤੁਹਾਨੂੰ ਥੋੜਾ ਜਿਹਾ ਜੁਰਮਾਨਾ ਹੋ ਸਕਦਾ ਹੈ ਕੀ ਜੋ ਤੁਸੀਂ ਲੱਭ ਰਸੀ ਤੁਹਾਨੂੰ ਮਿਲ ਗਿਆ ਕੀ ਤੁਹਾਨੂੰ ਪੰਚਿਆਂ ਬਾਰੇ ਉਹ ਵਧੀਆ ਕਿਤਾਬਾਂ ਲੱਭ ਗਈਆਂ ਬੜੀ ਚੰਗੀ ਗੱਲ ਹੈ ਅਤੇ ਤੁਸੀਂ ਵੇਖੋਗੇ ਕਿ ਤੁਹਾਡੀ ਲਾਇਬ੍ਰੇਰੀ ਵਿੱਚ ਕਿਤਾਬਾਂ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਉਪਲਬਧ ਹੈ ਸਭ ਤੋਂ ਵਧੀਆ ਲੱਗਣ ਵਾਲੀ ਇੱਕ ਗੱਲ ਤਾਂ ਹੈ ਕਹਾਣੀ ਸੁਣਾਉਣਾ ਕਹਾਣੀ ਸੁਣਾਉਣ ਨਾਲ ਬੱਚੇ ਸਕੂਲ ਲਈ ਤਿਆਰ ਹੋ ਜਾਂਦੇ ਹਨ ਅਜਿਹਾ ਇਸ਼ਤਿਹਾਰ ਵੇਖੋ ਜੋ ਤੁਹਾਡੀ ਲਾਇਬ੍ਰੇਰੀ ਵਿੱਚ ਕਹਾਣੀ ਸੁਣਾਉਣ ਦੀ ਤਾਰੀਖ ਅਤੇ ਸਮਾਂ ਦੱਸਣ ਕੋਈ ਵੀ ਇਹਨਾਂ ਵਿੱਚ ਜਾ ਸਕਦਾ ਹੈ ਪਰ ਕਿਉਂਕਿ ਇਹ ਬੜਾ ਹਰਮਨ ਪਿਆਰਾ ਸਮਾਗਮ ਹੁੰਦਾ ਹੈ ਹੋ ਸਕਦਾ ਹੈ ਤੁਹਾਨੂੰ ਪਹਿਲਾਂ ਨਾਮ ਦਰਜ ਕਰਾਉਣਾ ਪਵੇ ਸਭਨਾਂ ਨੂੰ ਜੀ ਆਇਆਂ ਨੂੰ ਕਹਾਣੀ ਸੁਣਾਉਣ ਦੇ ਸਮਾਗਮ ਵਿੱਚ ਤੁਹਾਡਾ ਸਵਾਗਤ ਹੈ मेरा नाम जोएना है मैं बच्चों की लाइब्रेरियन हाँ असी बॉर्नयार्ड बेंटर दी किताब सुनांगे एक अजि किताब है जिस हर तरह के जानवर दी, दी आवाज़ हैं की कोई मैं जानवर दी आवाज़ों बारे कुछ दस सकता है okay. Roosters in the barnyard, cock-a-doodle-doo. Cock-a-doodle-doo. Cluck, clock, cluck. <c3> wow. in the wallow, muck, muck, muck. But where's Goose? Yes, on the, on the pig, on the pig. Over here? Yeah. Pigeons in the rafters, Cool. cool, cool. Hmm. Oh, good pigeons here. Frogs in the farm pond. Burp, burp, burp. But where's goose? There's goose. What does goose say? Honk, honk, honk. And there's goose with its butterfly. There. ਕਹਾਣੀ ਸੁਣਾਉਣ ਨਾਲ ਬੱਚੇ ਅਕਸਰ ਹੋਰ ਵਧੇਰੇ ਪੜਨ ਲਈ ਪ੍ਰੇਰਿਤ ਹੋ ਜਾਂਦੇ ਹਨ ਜੇ ਤੁਸੀਂ ਕੋਈ ਖਾਸ ਚੀਜ਼ ਲੱਭ ਰਹੇ ਹੋ ਤਾਂ ਲਾਇਬ੍ਰੇਰੀਨ ਤੁਹਾਡੀ ਬੜੀ ਮਦਦ ਕਰ ਸਕਦਾ ਹੈ ਮੈਂ ਰੋਜ਼ਗਾਰ ਬਾਰੇ ਜਾਣਕਾਰੀ ਚਾਹੁੰਦੀ ਹਾਂ ਕੀ ਤੁਸੀਂ ਮੇਰੀ ਮਦਦ ਕਰੋਗੇ ਜ਼ਰੂਰ ਮੈਂ ਤੁਹਾਨੂੰ ਆਪਣੀ ਲਾਇਬ੍ਰੇਰੀਨ ਲਿਓ ਨਾਲ ਮਿਲਾਉਂਦੀ ਹਾਂ ਜੋ ਰੋਜ਼ਗਾਰ ਦੇ ਹਿੱਸੇ ਦੇ ਮਾਹਿਰ ਹਨ ਆਓ ਮੈਂ ਤੁਹਾਨੂੰ ਆਪਣਾ ਕੈਰੀਅਰ ਬਾਰੇ ਸੰਗ੍ਰਹਿ ਵਿਖਾਵਾਂ ਲਾਈਬ੍ਰੇਰੀਆਂ ਵਿੱਚ ਕੈਰੀਅਰ ਅਤੇ ਰੋਜਗਾਰ ਦੇ ਮੁੱਦਿਆਂ ਬਾਰੇ ਜਾਣਕਾਰੀ ਹੁੰਦੀ ਹੈ ਤੁਹਾਨੂੰ ਰੈਜ਼ਮੀ ਬਣਾਉਣ ਬਾਰੇ ਰੋਜਗਾਰ ਲਈ ਇੰਟਰਵਿਊ ਦੀ ਤਿਆਰੀ ਦੇ ਹੁਨਰਾਂ ਬਾਰੇ ਅਤੇ ਖਾਸ ਪੇਸ਼ਿਆਂ ਅਤੇ ਕਿੱਤਿਆਂ ਬਾਰੇ ਜਾਣਕਾਰੀ ਮਿਲ ਸਕਦੀ ਹੈ ਨਵੀਆਂ ਦੀ ਜਾਣਕਾਰੀ ਲੱਭ ਕੇ ਦੇਣ ਵਿੱਚ ਤੁਹਾਡੀ ਸਹਾਇਤਾ ਕਰਨ ਵਿੱਚ ਲਾਈਬ੍ਰੇਰੀਅਨ ਖੁਸ਼ੀ ਮਹਿਸੂਸ ਕਰਨਗੇ ਇਸੇ ਤਰ੍ਹਾਂ ਲਾਈਬ੍ਰੇਰੀਅਨ ਸਕੂਲ ਦਾ ਕੰਮ ਨਿਵੇੜਨ ਵਿੱਚ ਬੱਚਿਆਂ ਦੀ ਮਦਦ ਕਰਦੇ ਹਨ ਤੇ ਤੁਹਾਡੀ ਲਾਇਬ੍ਰੇਰੀ ਵਿੱਚ ਗਰਮੀਆਂ ਦੌਰਾਨ ਬੱਚਿਆਂ ਦੇ ਪੜ੍ਹਦੇ ਰਹਿਣ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਮੌਜੂਦ ਹਨ ਮੁਬਾਰਕ ਹੋਵੇ ਅਸੀਂ ਸਕੂਲ ਵਿੱਚ ਸਾਲ ਦੇ ਆਖਰੀ ਦਿਨ ਤੇ ਪਹੁੰਚ ਗਏ ਹਾਂ ਅਤੇ ਤੁਹਾਨੂੰ ਆਖਰੀ ਵਾਰ ਵਿਦਾ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਅਜਿਹੇ ਖਾਸ ਪ੍ਰੋਗਰਾਮ ਬਾਰੇ ਜਾਣਕਾਰੀ ਦੇਣੀ ਚਾਹੁੰਦਾ ਹਾਂ ਜੋ ਗਰਮੀਆਂ ਦੀ ਸਾਰੀ ਰੁੱਤ ਦੌਰਾਨ ਚੱਲੇਗਾ ਇਸ ਦਾ ਨਾਮ ਸਮਰ ਰੀਡਿੰਗ ਕਲੱਬ ਹੈ ਅਤੇ ਮੈਂ ਹਰ ਕਿਸੇ ਨੂੰ ਲਾਇਬ੍ਰੇਰੀ ਜਾਂ ਇਸ ਪ੍ਰੋਗਰਾਮ ਲਈ ਨਾਮ ਲਿਖਵਾਉਣ ਲਈ ਉਤਸ਼ਾਹਿਤ ਕਰਦਾ ਹਾਂ ਇਹ ਬੜਾ ਵਧੀਆ ਤਰੀਕਾ ਹੈ ਤੁਹਾਡੇ ਸਾਰਿਆਂ ਲਈ ਗਰਮੀ ਦੀ ਸਾਰੀ ਰੁੱਤ ਪੜ੍ਹਦੇ ਰਹਿਣ ਲਈ ਮੇਰੇ ਟੀਚਰ ਨੇ ਮੈਨੂੰ ਲਾਇਬ੍ਰੇਰੀ ਵਿੱਚ ਸਮਰ ਰੀਡਿੰਗ ਕਲੱਬ ਬਾਰੇ ਦੱਸਿਆ ਕਿ ਮੈਂ ਇਸ ਦਾ ਮੈਂਬਰ ਬਣ ਸਕਦਾ ਹਾਂ। ਜ਼ਰੂਰ, ਮੈਂ ਆਪਣਾ ਰਜਿਸਟਰ ਖੋਲ ਲਵਾਂ। ਤੇ ਤੁਹਾਡੀ ਉਮਰ ਕਿੰਨੀ ਹੈ ਇਸ ਵੇਲੇ? 8 ਸਾਲ ਦੀ। 8 ਸਾਲ ਦੀ? ਬੱਲੇ ਬਈ। ਸਮਰ ਰੀਡਿੰਗ ਕਲੱਬ ਵਿੱਚ ਸ਼ਾਮਲ ਹੋਣ ਲਈ ਤੁਹਾਡੇ ਬੱਚੇ ਨੇ ਬਸ ਇੰਨਾ ਹੀ ਕਰਨਾ ਹੈ ਕਿ ਇੱਕ ਫਾਰਮ ਤੇ ਆਪਣਾ ਨਾਮ, ਉਮਰ ਅਤੇ ਸਕੂਲ ਦਾ ਨਾਮ ਭਰਨਾ ਹੈ। ਬੜੀ ਚੰਗੀ ਗੱਲ ਹੈ। ਸਮਰ ਰੀਡਿੰਗ ਕਲੱਬ ਵਿੱਚ ਤੁਹਾਡਾ ਸਵਾਗਤ ਹੈ। ਅਤੇ ਤੁਹਾਡੀ ਸ਼ੁਰੂਆਤ ਲਈ ਇਹ ਇੱਕ ਪੋਸਟਰ ਹੈ ਹੁਣ ਸਮਰ ਰੀਡਿੰਗ ਕਲੱਬ ਕੀ ਹੈ ਕਿ ਤੁਸੀਂ ਹਫਤੇ ਦੀ ਇੱਕ ਕਿਤਾਬ ਪੜ੍ਹਨ ਦਾ ਵਾਅਦਾ ਕਰਦੇ ਹੋ ਤੁਸੀਂ ਵਾਪਸ ਸਾਡੇ ਕੋਲ ਆਉਂਦੇ ਹੋ ਅਸੀਂ ਤੁਹਾਨੂੰ ਇੱਕ ਸਵਾਲ ਪੁੱਛਦੇ ਹਾਂ ਅਤੇ ਜੇ ਤੁਸੀਂ ਜਵਾਬ ਸਹੀ ਦੇ ਸਕੇ ਤੁਹਾਨੂੰ ਇਸ ਤਰ੍ਹਾਂ ਦਾ ਇੱਕ ਸਟicker ਦਿੱਤਾ ਜਾਵੇਗਾ ਅਤੇ ਤੁਸੀਂ ਇਸ ਪੋਸਟਰ ਦੇ ਹਰ ਪਾਸੇ ਸਟicker ਲਗਾ ਸਕਦੇ ਹੋ ਲੈ ਆਓ ਇਸ ਤੇ ਪਿਛਲਾ ਕਾਗਜ਼ ਮੈਂ ਲਾ ਦਿਆਂ ਅਤੇ ਜਾਓ ਅਤੇ ਜਾ ਕੇ ਆਪਣੀ ਕਿਤਾਬ ਦਾ ਆਨੰਦ ਲਓ ਫਿਰ ਮਿਲਦੇ ਹਾਂ ਸ਼ੁਕਰੀਆ हेलो लियो हेलो अशन की हाल है बढ़िया है बल्ले ਤੁਸੀਂ ਤਾਂ ਤਿੰਨ ਦਿਨ ਪਹਿਲਾਂ ਹੀ ਇੱਥੇ ਆਏ ਸੀ ਸੋ ਕੀ ਮਦਦ ਕਰਾਂ ਤੁਹਾਡੀ ਮੈਂ ਇਹ ਕਿਤਾਬ ਮੁਕਾ ਲਈ ਹੈ ਬਈ ਸ਼ਾਬਾ ਲਿਆਓ ਮੈਂ ਤੁਹਾਨੂੰ ਦੋ ਸਵਾਲ ਪੁੱਛਾਂ ਪਹਿਲਾ ਸਵਾਲ ਹੈ ਇਸ ਕਿਤਾਬ ਵਿੱਚੋਂ ਕੋਈ ਇੱਕ ਗੱਲ ਦੱਸੋ ਗੇਨ ਨੂੰ ਕਿਵੇਂ ਮਾਰਨੀ ਹੈ ਅਤੇ ਕਿਵੇਂ ਮਾਰਦੇ ਹੋ ਤੁਸੀਂ ਕਿੱਕ ਕਿੱਕ ਤੁਹਾਨੂੰ ਆਪਣੇ ਤਸਮੇ ਨਾਲ ਮਾਰਨੀ ਪੈਂਦੀ ਹੈ ਤਸਮੇ ਨਾਲ ਠੀਕ ਹੈ ਅਤੇ ਦੂਜਾ ਸਵਾਲ ਹੈ ਕਿ ਕਿਤਾਬ ਵਿੱਚ ਤੁਹਾਡਾ ਮਨਪਸੰਦ ਹਿੱਸਾ ਕਿਹੜਾ ਹੈ ਜਦੋਂ ਖਿਡਾਰੀ ਗੇਨ ਨੂੰ ਨਟਵਿਚ ਮਾਰੰਦੀ ਕੋਸ਼ਿਸ਼ ਕਰਦਾ ਹੈ ਵਾਹ ਬਈ ਵਾਹ ਹੁਣ ਸਹੀ ਜਵਾਬ ਦੇਣ ਬਦਲੇ ਇਹ ਸਟicker ਤੁਹਾਡਾ ਹੋ ਗਿਆ ਤੇ ਆ ਰਿਹਾ ਹੈ ਸ਼ੁਕਰੀਆ ਅਤੇ ਹੋਰ ਮੈਂ ਤੁਹਾਡੀ ਕੀ ਮਦਦ ਕਰਾਂ ਮੇਰਾ ਭਰਾ ਵੀ ਇਸ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਅੱਛਾ ਤੁਹਾਡਾ ਭਰਾ ਵੀ ਸ਼ਾਮਲ ਹੋਣਾ ਚਾਹੁੰਦਾ ਹੈ ਉਸ ਨੂੰ ਕਹੋ ਕਿ ਬਸ ਇੱਥੇ ਆ ਜਾਵੇ ਅਤੇ ਮੈਂ ਉਸ ਦਾ ਨਾਮ ਦਰਜ ਕਰ ਦਿਆਂਗਾ ਤੁਹਾਡਾ ਨਾਮ ਕੀ ਹੈ ਅਨਿਕ ਅਨਿਕ ਤੁਹਾਡੀ ਲਾਇਬ੍ਰੇਰੀ ਬੜੀ ਨਿੱਗੀ ਜਗ੍ਹਾ ਹੈ ਅਤੇ ਸੁਰੱਖਿਅਤ ਵੀ ਅਤੇ ਗਰਮੀਆਂ ਵਿੱਚ ਬਕਾਇਦਾ ਪੜ੍ਹਦੇ ਰਹਿਣ ਨਾਲ ਤੁਹਾਡੇ ਬੱਚੇ ਦਾ ਪੜ੍ਹਾਈ ਦਾ ਹੁਨਰ ਵੱਧਦਾ ਹੈ ਇਸ ਨਾਲ ਸਤੰਬਰ ਵਿੱਚ ਉਸ ਨੂੰ ਸਕੂਲ ਵਿੱਚ ਇੱਕ ਵਧੀਆ ਸ਼ੁਰੂਆਤ ਮਿਲਦੀ ਹੈ ਵਾਪਸ ਹਾਂ ਤੇ ਸਭਨਾਂ ਦਾ ਸਵਾਗਤ ਹੈ ਇੱਕ ਵਾਰੀ ਫਿਰ ਇਹਨੇ ਸਾਰੇ ਜਾਣੇ ਪਛਾਣੇ ਚਿਹਰੇ ਵੇਖਣਾ ਬੜਾ ਵਧੀਆ ਲੱਗਦਾ ਹੈ ਲੱਗਦਾ ਹੈ ਕਿ ਹਰ ਕਿਸੇ ਲਈ ਗਰਮੀਆਂ ਦੀ ਰੁੱਤ ਵਧੀਆ ਰਹੀ ਪਿਛਲੇ ਸਾਲ ਆਪਣੀ ਕਲਾਸ ਨੂੰ ਜੂਨ ਦੇ ਅਖੀਰ ਤੇ ਮੈਂ ਸਮ ਰੀਡਿੰਗ ਕਲੱਬ ਬਾਰੇ ਦੱਸਿਆ ਸੀ ਤੁਹਾਡੇ ਵਿੱਚੋਂ ਕਿੰਨਿਆਂ ਨੂੰ ਸਮ ਰੀਡਿੰਗ ਕਲੱਬ ਬਾਰੇ ਜਾਣਕਾਰੀ ਸੀ ਅਤੇ ਇਹ ਪਤਾ ਸੀ ਕਿ ਇੱਥੇ ਵੀ ਇਹ ਚੱਲ ਰਿਹਾ ਹੈ ਸਾਬਾਸ ਲੱਗਦਾ ਹੈ ਲਗਭਗ ਸਭ ਨੂੰ ਪਤਾ ਹੈ ਕੌਣ ਹੁਣ ਦੱਸਣਾ ਚਾਹੇਗਾ ਕਿ ਉਹਨਾਂ ਨੇ ਉੱਥੇ ਕੀ ਪੜਿਆ ਸੀ ਹਸੀਨ ਮੈਂ ਸ਼ਾਕਰ ਦੀ ਕਿਤਾਬ ਪੜ੍ਹੀ ਸੀ ਜਿਸ ਦਾ ਨਾਮ ਹੈ ਦ ਬਿਗ ਗੇਮ ਇਸ ਵਿੱਚ ਦੋ ਟੀਮਾਂ ਹਨ ਟੀਮ A ਅਤੇ ਟੀਮ B ਟੀਮ B ਦੇ ਕੋਚ ਨੇ ਉਹਨਾਂ ਦੱਸਿਆ ਕਿ ਉਹ ਟਰੋਫੀ ਜਿੱਤ ਸਕਦੇ ਹਨ I read a book called Say Teas and Die It's about a little boy who found an evil camera. I read a book. It's called <coughs> I Love You Forever by Wabi Manj. I read a story about a little dinosaur and a lizard and a baby dinosaur. In the summer, I read a book called um, This Means War. It's about a little girl who has, who, um, has to go for eviction because they want to make her move. That's excellent. I think that... ਲਾਈਬ੍ਰੇਰੀ ਵਿੱਚੋਂ ਸਾਰਾ ਸਾਲ ਵਧੀਆ ਕਿਤਾਬਾਂ ਮਿਲਦੀਆਂ ਰਹਿੰਦੀਆਂ ਹਨ ਪਰ ਕਈ ਵਾਰੀ ਵਿਦਿਆਰਥੀਆਂ ਨੂੰ ਆਪਣੇ ਸਕੂਲ ਦੇ ਕੰਮ ਜਾਂ ਸਕੂਲ ਦੇ ਪ੍ਰੋਜੈਕਟਾਂ ਲਈ ਕੁਝ ਵਧੀਰੇ ਜਾਣਕਾਰੀ ਚਾਹੀਦੀ ਹੁੰਦੀ ਹੈ। ਸੰਦਰਾਸੀਂ ਕਾਫੀ ਦੇਰ ਤੋਂ ਡਾਇਨਾਸੌਰਾਂ ਬਾਰੇ ਗੱਲਾਂ ਕਰਦੇ ਰਹੇ ਹਾਂ। ਹੁਣ ਵਕਤ ਹੈ ਆਪੋ ਆਪਣੇ ਸੁਤੰਤਰ ਖੋਜ ਪ੍ਰੋਜੈਕਟਾਂ ਦਾ। ਇਹ ਇੱਕ ਅਜਿਹਾ ਪ੍ਰੋਜੈਕਟ ਹੋਵੇਗਾ ਜਿੱਥੇ ਤੁਸੀਂ ਡਾਇਨਾਸੌਰਾਂ ਨਾਲ ਸੰਬੰਧਿਤ ਕਿਸੇ ਅਜਿਹੇ ਖੇਤਰ ਬਾਰੇ ਫੈਸਲਾ ਕਰੋਗੇ ਜਿਸ ਬਾਰੇ ਤੁਸੀਂ ਵਧੀਰੇ ਜਾਣਕਾਰੀ ਚਾਹੁੰਦੇ ਹੋ। ਕੌਣ ਦੱਸੇਗਾ ਕੋਈ ਚੰਗੀਆਂ ਥਾਵਾਂ ਜਿੱਥੇ ਡੈਨੋਸਾਰਾ ਬਾਰੇ ਜਾਣਕਾਰੀ ਲੈਣ ਲਈ ਜਾਇਆ ਜਾ ਸਕਦਾ ਹੈ। ਆਤੀਆ ਮੈਂ ਸਕੂਲ ਦੀ ਲਾਇਬ੍ਰੇਰੀ ਵਿੱਚ ਜਾਣਕਾਰੀ ਲੱਭ ਲਵਾਂਗੀ। ਹਾਂ ਜਾਣਕਾਰੀ ਲੱਭਣ ਲਈ ਸਕੂਲ ਦੀ ਲਾਇਬ੍ਰੇਰੀ ਇੱਕ ਵਧੀਆ ਥਾਂ ਹੋਵੇਗੀ। ਹੋਰ ਕੋਈ ਅਸ਼ੇਨ ਪਬਲਿਕ ਲਾਇਬ੍ਰੇਰੀ ਤੋਂ ਹਾਂ ਉਹ ਵੀ ਜਾ ਆਉਣ ਲਈ ਇੱਕ ਬੜੀ ਵਧੀਆ ਥਾਂ ਹੋਵੇਗੀ। ਸਾਡੇ ਕੋਲ ਕੁਝ ਵਿਚਾਰ ਹਨ ਕਿ ਕੰਮ ਸ਼ੁਰੂ ਕਿੱਥੋਂ ਕਰੀਏ ਅਸੀਂ ਆਪੋ ਆਪਣੀ ਜਾਣਕਾਰੀ ਇਕੱਠੀ ਕਰਕੇ ਇੱਕ ਗਰੁੱਪ ਦੇ ਤੌਰ ਤੇ ਇਕੱਠੇ ਮਿਲੀਏ ਅਤੇ ਵੇਖੀਏ ਕਿ ਸਾਡੇ ਕੋਲ ਕੀ ਹੈ। ਅਤੇ ਫਿਰ ਅਗਲੇ ਕਦਮ ਚੁੱਕਣ ਬਾਰੇ ਫੈਸਲਾ ਕਰੀਏ। ਮੈਨੂੰ ਆਪਣੇ ਸਕੂਲ ਦੇ ਪ੍ਰੋਜੈਕਟ ਲਈ ਮਦਦ ਚਾਹੀਦੀ ਹੈ। ਕਿਸ ਚੀਜ਼ ਬਾਰੇ ਹੈ ਪ੍ਰੋਜੈਕਟ? ਡਾਇਨੋਸਾਰਾਂ ਬਾਰੇ। ਮੇਰੇ ਕੋਲ ਕੁਝ ਚੀਜ਼ਾਂ ਹਨ। ਆਓ ਮੈਂ ਤੁਹਾਨੂੰ ਇਹ ਚੀਜ਼ਾਂ ਵਿਖਾਵਾਂ। ਸੋ ਆਪਾਂ ਇੱਥੋਂ ਸ਼ੁਰੂਆਤ ਕਰੀਏ। ਬਸ ਇੱਥੇ ਟਾਇਰੈਕਸ ਭਰ ਦਿਓ। ਤੇ ਸਟਾਰਟ ਵਾਲਾ ਬਟਨ ਦਬਾ ਦਿਓ। ਤਸੀਂ ਉਹਨਾਂ ਬਹੁਤ ਸਾਰੇ ਤਰੀਕਿਆਂ ਵਿੱਚੋਂ ਅਜੇ ਇਹ ਸਿਰਫ ਕੁਝ ਨੂੰ ਹੀ ਵੇਖਿਆ ਹੈ ਜਿਸ ਨਾਲ ਨਵੇਂ ਆਉਣ ਵਾਲੇ ਪਰਿਵਾਰਾਂ ਦੀ ਲਾਇਬ੍ਰੇਰੀ ਅਤੇ ਲਾਇਬ੍ਰੇਰੀ ਦਾ ਸਟਾਫ ਮਦਦ ਕਰ ਸਕਦੇ ਹਨ ਪਰ ਇਸ ਤੋਂ ਇਲਾਵਾ ਵੀ ਤੁਹਾਡੇ ਲਈ ਬਹੁਤ ਸਾਰੀਆਂ ਸੇਵਾਵਾਂ ਮੌਜੂਦ ਹਨ ਕਿਤਾਬਾਂ ਅਤੇ ਰਸਾਲਿਆਂ ਤੋਂ ਇਲਾਵਾ ਹੋਰ ਭਾਸ਼ਾਵਾਂ ਵਿੱਚ ਸੀਰੀਜ਼ ਅਤੇ ਡੀਵੀਡੀਜ਼ ਕੰਪਿਊਟਰ ਦੀ ਮੁਫਤ ਵਰਤੋਂ ਆਡੀਓ ਟੇਪਾਂ ਤੇ ਹੋਰ ਸਮੱਗਰੀ ਜਿਸ ਨਾਲ ਤੁਸੀਂ ਆਪਣੀ ਅੰਗਰੇਜ਼ੀ ਸੁਧਾਰ ਸਕੋ ਇੱਥੋਂ ਤੱਕ ਕਿ ਇੰਟਰਨੈਟ ਅਤੇ ਇਸ ਦੀ ਵਰਤੋਂ ਬਾਰੇ ਸਿੱਖਣ ਲਈ ਕਲਾਸਾਂ ਵੀ ਲਾਈਬ੍ਰੇਰੀ ਵਿਖੇ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੇ ਕਰਨ ਲਈ ਬਹੁਤ ਕੁਝ ਹੁੰਦਾ ਹੈ ਤੇ ਸਭ ਤੋਂ ਚੰਗੀ ਗੱਲ ਤਾਂ ਇਹ ਹੈ ਕਿ ਇਹ ਸਭ ਕੁਝ ਮੁਫਤ ਹੈ